ਅਸਲਾਮ ਅਲੈਕਮ ਜੀ, ਵੈਲਕਮ ਹੋ ਗਿਆ ਜੀ। ਲਓ ਭਾਈ ਜਾਨ, ਸਾਖੀ ਭਾਈ ਛੱਤ 'ਤੇ ਜਨਾਬ, ਔਰ ਕਹਿੰਦੇ ਸੀ ਇਸ ਗਰਮੀ ਦੇ ਵਿੱਚ ਜੋੜੇ ਆਪਣੇ ਪਾਸ ਕਰੋ, ਚੈੱਕ ਕਰੋ। ਮੈਂ ਵੀ ਕਾਫੀ ਸਾਰੇ ਬੱਚੇ ਬੁੱਚੇ ਕੱਢ ਕੇ ਬਾਹਰ ਛੱਡੇ ਜੀ। ਇੱਕ ਹੁਣ ਬਸਕੂਏ ਬੱਜਿਆਂ ਦੇ ਨਾਲ ਬੱਚਾ ਉੜ ਗਿਆ ਵਾ, ਹਵਾ ਚੱਲਣ ਦੀ ਆ ਆਪਣੇ ਲਾਲ ਅੱਖ ਦਾ ਜਨਾਬ ਬੱਚਾ ਵਾ। ਅਤੇ ਮਾਸ਼ਾਅੱਲਾ ਜੀ, ਬੱਜੇ ਪਾੜ ਦਾ ਬਸਕੂਏ ਵੀ ਲੱਗੇ ਉਹਨੂੰ ਬੱਜੇ ਪਰਾਂ ਦਾ। ਅੱਜ ਸੂਰਤ ਹਾਲ ਇਹ ਆ ਕਿ ਚੈੱਕ ਕਰਨਾ ਤਾਂ ਫਿਰ ਦਿਲ ਜਿਗਰਾ ਵੱਡਾ ਕਰਨਾ ਚਾਹੀਦਾ ਜੀ। ਇਨਸ਼ਾਅੱਲਾ ਜੀ, ਜੋੜੀ ਤਾਂ ਆ ਫਿਰਦਾ ਹੀ ਆ, ਇੱਕ ਉਹ ਫਿਰਦੇ ਆ, ਤਿੰਨ ਬੱਚੇ ਇਹ ਆ ਜੀ, ਚੌਥਾ ਬੱਚਾ ਛਾਪਦਾਰ ਜਿਹਾ ਆ ਗਏ। ਇਹ ਦੇਖੋ ਜੀ ਭਾਜੀ, ਇਹ ਦੇਖੋ, ਇਹ ਪਹਿਲੇ ਦਿਨ ਉੜਿਆ ਸਾਰਾ ਇਲਾਕਾ ਫਿਰ ਗਿਆ ਆ ਗਿਆ। ਇਹ ਦੇਖੋ ਪਰ ਬੰਨੇ ਮਾਸ਼ਾਅੱਲਾ, ਤੇਰੀ ਖੈਰ, ਤੇਰੀ ਲੈਂਡਿੰਗ ਦੀ ਖੈਰ ਸ਼ਹਿਜ਼ਾਦੇ ਆ ਮੇਰੇ ਆ, ਜਿਗਰ ਗੋਸ਼ੇ ਆ, ਆਹ ਤੇਰੀ ਖੈਰ ਮਾਸ਼ਾਅੱਲਾ। ਲਓ ਜੀ ਸਰ, ਆਹ ਤੇਰੀ ਖੈਰ, ਪਾਸੀਆਂ ਤੂੰ ਪਹਿਲਾਂ ਹੀ ਸੋਹਣਿਆ, ਜੋੜਾ ਸਾਖੀ ਦੇ ਹੱਥ ਦਾ ਲੱਗਾ ਮੈਂ। ਹਾਂਜੀ ਮਾਸ਼ਾਅੱਲਾ, ਮਾਸ਼ਾਅੱਲਾ ਬਹੁਤ ਅੱਛਾ ਜੀ, ਮਾਸ਼ਾਅੱਲਾ ਰੂਹ ਰਾਜ਼ੀ ਕਰਤੀ ਜੀ। ਇੱਦਾਂ ਹੀ ਟੈਸਟ ਹੁੰਦੇ ਭਾਜੀ ਜੋੜੇ, ਇੱਦਾਂ ਹੀ ਟੈਸਟ ਹੁੰਦੇ। ਹਵਾ ਵੀ ਚੱਲਦੀ ਸੀਗੀ, ਸੇਕਾ ਤੁਹਾਡੇ ਸਾਹਮਣੇ ਹੀ ਆ, ਹਲਕੀ ਹਲਕੀ ਗਰਮੀ ਹੈਗੀ ਆ ਜੀ, ਨਵੀਂ ਆਈ ਆ। ਅਤੇ ਮੈਂ ਕਿਹਾ ਕਿਉਂ ਨਾ, ਇਹ ਕਿਸੇ ਦਾ ਵਾਰਾ ਬੈਠਾ ਜੀ, ਇਹ ਚੈੱਕ ਕਰੋ ਜ਼ਰਾ, ਇਹ ਦੇਖੋ ਇਹ ਕਿਸੇ ਦਾ ਵਾਰਾ ਬੈਠਾ ਜੀ, ਇਹ ਵੀ ਪਰ ਬੱਜੇ ਹੀ ਆ ਕਿਸੇ ਦਾ ਆ ਕੇ ਬੈਠਾ। ਉਹਨੇ ਕੋਸ਼ਿਸ਼ ਕਰੇ ਉੱਤੇ ਜਿਹੜੇ ਧਾਗਾ ਲੱਗ ਬਸਕੂਈ ਲੱਗੇ ਨਵੀਂ ਨੀਵੀਂ ਦਾ, ਠੀਕ ਹੈ ਜੀ। ਇਹਨੂੰ ਆਪਾਂ ਫੜਦੇ ਚਿੜੀ ਮਾਰੀ ਵੀ ਕਰਦੇ ਹਾਂ। ਇੱਕ ਇਹ ਬੱਚਾ ਆਪਣਾ ਆ ਰਿਹਾ, ਸਾਰੇ ਬੱਚੇ ਹੀ ਆ ਜੀ, ਮੈਂ ਛੱਡੇ ਬਾਹਰ। ਇਹ ਦੇਖਦੇ ਹਾਂ ਆਪਣਾ ਵਾ ਕਿਸੇ ਦਾ ਵਾ ਬੱਚਾ, ਇਹ ਆਪਣਾ ਹੀ ਆ ਮੈਨੂੰ ਲੱਗਦਾ। ਇੱਕ ਆ ਫਿਰਦਾ ਆਪਣਾ, ਦੋ ਆਪਣੇ ਹੀ ਆ ਗਏ, ਠੀਕ ਹੈ ਜੀ। ਤੀਸਰਾ ਇਹ ਦੇਖੋ, ਇੱਕ ਆ ਆਪਣਾ ਵਾ ਜੀ, ਇੱਕ ਕਹਿਣ ਗਿਆ। ਇੱਦਾਂ ਹੀ ਭਾਜੀ ਆ, ਕਬੂਤਰਬਾਜੀ ਕਰੀ ਜਾਂਦੇ ਆਪਾਂ, ਸਿੱਖੀ ਜਾਂਦੇ ਕਬੂਤਰਬਾਜੀ ਦੇ ਰਾਜ਼ ਰਮੂਜ਼ ਅਸੂਲ ਅਸੂਲ। ਇਹ ਆ ਗਿਆ ਮਾਸ਼ਾਅੱਲਾ, ਇੱਕ ਐਟ ਪਾਟੀ ਟੁੱਟੀ ਦੋਮਲਾ, ਇੱਕ ਉਹ ਉੱਤੇ ਫਿਰਦਾ ਜਨਾਬ ਮਾਸ਼ਾਅੱਲਾ। ਤਿੰਨ ਹੀ ਪੂਰੇ, ਚਾਰ ਤੇ ਚਾਰ ਹੀ ਪੂਰੇ ਮਾਸ਼ਾਅੱਲਾ। ਦੋ ਜੋੜੀ ਆਹ ਫਿਰਦੀ ਹੈ, ਲੰਮਾ ਲੰਮਾ ਫਿਰਦੀ। ਉਹ ਦੇਖੋ ਉਹਨੂੰ, ਹਜੇ ਵੀ ਸਾਹ ਚੜਿਆ ਭਾਈ ਜੀ, ਮੱਝੇ ਪੁਰਾਣਾ ਮਾਸ਼ਾਅੱਲਾ ਝੱਸ ਦੇ ਕੇ ਆਇਆ ਬੱਚਾ, ਪੁਰਾਉਣਗੇ ਝੱਸਾ। ਇਹ ਵਾ ਜੀ, ਦੋ ਬੈਠੇ ਸੀਗੇ ਮੈਨੂੰ ਪਤਾ ਹੀ ਨਹੀਂ ਗਾ, ਇੱਕ ਉੜ ਗਿਆ, ਇੱਕ ਆਹ ਬਸਕੂਏ ਬੱਜਿਆਂ ਨਾਲ ਬੈਠਾ ਵਾ। ਅਤੇ ਅੱਲਾ ਖੈਰ ਕਰੇ ਜੀ, ਇਨਸ਼ਾਅੱਲਾ ਉਹ ਬੱਚੇ ਫਿਰ ਤਾਂ ਹੋ ਗਏ। ਇੱਦਾਂ ਹੀ ਸਰ ਚੱਕ ਚੁੱਕ ਹੁੰਦੇ ਰਹਿਣਾ, ਇੱਦਾਂ ਹੀ ਉੜਦੇ ਰਹਿਣਾ, ਇੱਦਾਂ ਹੀ ਮੋੜ ਬਣ ਜਾਣਾ, ਇੱਦਾਂ ਹੀ ਚਿੜੀ ਮਾਰੀ ਪਾਉਂਦੀ ਰਹਿਣਾ। ਇਹਨੂੰ ਫੜਨਾ ਮੈਂ, ਫੜਨ ਨੂੰ ਦਿਲ ਹੀ ਨਹੀਂ ਕਰਦਾ ਅੱਜ ਕੱਲ੍ਹ ਕਬੂਤਰ ਭਾਈ, ਕੋਈ ਚੱਜਦਾ ਹੋਵੇ ਬੰਦਾ ਫੜੇ ਵੀ, ਅਤੇ ਇੰਜੋਏ ਕਰੇ ਸਰ, ਕੋਈ ਰੌਲਾ ਨਹੀਂ ਹੈਗਾ ਐਸਾ। ਅਤੇ ਆਹ ਭਾਅ ਜੀ ਥੱਲੇ ਜੋੜਿਆਂ ਨੇ ਜੋ ਮਾਦੀ ਨਿਕਲੀ ਆ ਜੀ, ਸਿਆਣੀ ਐਡੀ ਆ, ਨਿਕਲ ਗਏ ਇੱਥੇ ਹੀ ਉਤਰਨ ਦੀ ਕੋਸ਼ਿਸ਼ ਕਰਨ ਦੇ ਹੀ ਸੀਗੇ, ਇੱਥੋਂ ਦੀ ਨਿਕਲੀ ਜਨਾਬ ਆ ਚੱਕ ਲਓ ਇਹ ਖੁੱਡੇ 'ਚੋਂ। ਅਤੇ ਹੁਣ ਸਿਸਟਮ ਲਾਵਾਂ, ਅਤੇ ਇਹ ਲਓ ਸਰ ਕਬੂਤਰੀ ਜੋੜਿਆਂ ਨੇ ਖੁੱਡੇ ਛੱਡ ਦਿੱਤੀ ਅਤੇ ਵਾਪਸ ਆ ਲਾ। ਸ਼ਾਮ ਦਾ ਤਕਰੀਬਨ ਕੁਛ ਸਵਾ ਚਾਰ ਹੋ ਗਏ ਆ ਸਵੇਰ ਦੇ, ਤਿੰਨ ਚਾਰ ਕਬੂਤਰ ਬੈਠੇ, ਸਾਡਾ ਹੌਸਲਾ ਅੱਜ ਅਸੀਂ ਚਿੜੀ ਮਾਰੀ ਨਹੀਂ ਕੀਤੀ। ਆਹ ਦੇਖੋ ਇੱਕ ਸਾਹਮਣੇ ਸਵੇਰੇ ਉੜ ਗਿਆ ਸੀਗਾ, ਉਹ ਇਹ ਵਾਲਾ ਗਲੀ ਮੈਂ ਉਹ ਨਾਲੀ ਸੇ ਪਾਣੀ ਪੀ ਰਿਹਾ ਸੀ। ਅੱਛਾ, ਇਹ ਪੱਟੀ ਵਾਲਾ ਭਾਈ ਜੀ, ਇਹਨੂੰ ਹੁਣ ਪਾਣੀ ਪਿਲਾਉਂਦੇ ਆ, ਗਲੀ 'ਚੋਂ ਪਾਣੀ ਪੀਂਦੇ, ਚਿੜੀ ਮਾਰੀ ਕਰਦੇ ਆ। ਮੈਂ ਪਕੜਨੇ ਲਗਾ, ਉੜ ਗਿਆ। ਆਜੋ ਉਹਨੇ ਪਾਣੀ ਪੀਣਾ ਨਾ, ਬੈਠਾ ਵਾ ਨਾ, ਪਿਆਸ ਲੱਗੀ ਹੋਈ ਆ, ਮੂੰਹ ਖੋਲ ਕੇ ਬੈਠਾ। ਇਹ ਦੇਖੋ ਜੀ, ਅਸੀਂ ਪਾਣੀ ਪਾਤਾ ਹਾਦੀ, ਇੱਦਾਂ ਕਰ ਕੈਨ ਚੰਦਰੋਂ ਪਾਣੀ ਲਿਆ, ਦੋਨੀਆਂ 'ਚ ਫੜਨੇ ਆਪਾਂ। ਇੱਕ ਆਹ ਬੈਠਾ ਹੀ ਭਾਜੀ,
ਇੱਕ ਉਹ ਬੈਠਾ ਉਹ ਦਿਖਾ ਦੀ ਕਹਿੰਦਾ ਤੈਨੂੰ ਇਹ ਟੁੱਟੀਆਂ ਕਹਿੰਦਾ ਵਾ ਆਇਆ ਬੱਚਾ ਵੀ ਕਿਸੇ ਦਾ ਕੜੀ ਪਾਈ ਆ ਦੇਖੋ ਬੱਚਾ ਛੋਟਾ ਬੈਠਾ ਇਨਸ਼ਾਅੱਲਾ ਅੱਜ ਚਿੜੀ ਮਾਰੀ ਕਰਦੇ ਬੜੇ ਦਿਨਾਂ ਬਾਅਦ ਇਹਨਾਂ ਨੂੰ ਦਾਣੇ ਦਾ ਟਾਈਮ ਹੋਇਆ ਵਾ ਇਹਨਾਂ ਨੂੰ ਦਾਣਾ ਪਾਉਂਦੇ ਤੇ ਪਾਣੀ ਵੀ ਪਾਉਂਦੇ ਖਾਧੀ ਹਾਂ ਲੀਕ ਆ ਆ ਜਾ ਵੀਰੇ ਐ ਮੈਂ ਪਾਣੀ ਪਾਵਾਂ ਇਹਦੇ ਵਿੱਚ ਉੱਤਰ ਹੀ ਆਉਣਾ ਇਹਨਾਂ ਨੇ ਇਹੀ ਪਾਣੀ ਪਾਈ ਜਾਣਾ ਹੈਲੋ ਜੀ ਚੱਲ ਇਹਨੂੰ ਅੰਦਰ ਹੀ ਰੱਖ ਲਓ ਆ ਜਾ ਉਰੀ ਆ ਜਾ ਹੁਣ ਇਹਨਾਂ ਨੂੰ ਉਤਰਨਾ ਆਪਾਂ ਦਾਣਾ ਪਾ ਦਈਏ ਕਬੂਤਰ ਬਸ ਇੱਥੇ ਰਹਿ ਇੱਥੇ ਰਹਿ ਉਹ ਇੱਥੇ ਰਹਿ ਉਤਰਨ ਲੱਗਾ ਉਹ ਦੇਖੋ ਉਹ ਦੇਖੋ ਜੀ ਉਤਰਨ ਲੱਗਾ ਉਤਰੇ ਆ ਦੇਖਿਆ ਲਓ ਜੀ ਆਹ ਸਵੇਰੇ ਸਾਡੇ ਕੋਲ ਨਾ 9-10 ਵਜੇ ਦੀ ਗੱਲ ਆ ਉਦੋਂ ਇਹ ਕਬੂਤ ਬੱਚਾ ਆ ਕੇ ਬੈਠਾ ਸੀ ਸਿੱਟਣ ਲੱਗੇ ਸਿੱਟ ਵੀ ਨਹੀਂ ਸੀ ਹੋਇਆ ਇਹ ਦੇਖੋ ਨਾਲੀਆਂ 'ਚੋਂ ਪਾਣੀ ਪੀਂਦਾ ਫਿਰਦਾ ਗਲੀਆਂ ਸਵੇਰ ਦਾ ਥੱਲੇ ਅੰਦਰ ਵੜ ਜਾ ਵੜ ਜਾ ਵੜ ਜਾ ਵੜ ਗਿਆ ਲਓ ਜੀ ਭਾਜੀ ਆਦੀਆ ਫੜ ਦੇ ਰਹਾ ਫੜਾ ਇਹਨੂੰ ਬਿਸਮਿਲ ਇਹ ਦੇਖੋ ਜੀ ਇੱਕ ਅੱਖ ਕਾਲੀ ਭਾਜੀ ਇੱਕ ਅੱਖ ਪੀਲੀ ਟੀਰਾ ਬੱਚਾ ਜੀ ਆ ਸਵੇਰ ਦਾ ਰੁਲਣ ਦਿਆ ਜੀ ਮਾਸ਼ਾਅੱਲਾ ਇਹ ਦੇਖੋ ਵਗਿਆ ਪਿਆ ਇਹ ਦੇਖ ਲਓ ਬੱਚਾ ਐਵੇਂ ਨਹੀਂ ਵਾਗ ਹੁੰਦੇ ਆਖਿਰ ਜ਼ੋਰ ਲੱਗਦੇ ਉਹਨਾਂ 'ਤੇ ਤਾਂ ਹੀ ਵਾਗ ਹੁੰਦੇ ਚੰਗਾ ਬੱਚਾ ਕਿਸੇ ਦਾ ਬਾਬਾ ਇਹ ਤਾਂ ਆਪਣੀ ਹੋ ਗਈ ਚਿੜੀ ਮਾਰੀ ਬਾਬਾ ਜੀ ਦੂਸਰੇ ਕੋ ਤਾਂ ਮੈਂ ਹੀ ਪਕੜ ਲੂੰਗਾ ਐਸੇ ਹੱਥ ਮਾਰ ਕੇ ਪਕੜ ਲੂੰਗਾ ਲਓ ਜੀ ਟੀਰਾ ਬੱਚਾ ਵਾ ਇਹ ਆਪਾਂ ਦੇਣਾ ਕੀ ਆ ਕਿਸੇ ਨੂੰ ਆ ਇਹਦੇ ਆਪਾਂ ਪਰ ਭੋਟ ਦਿੰਦੇ ਹਾਂ ਵਾਹ ਲੈ ਪਰ ਪੁੱਟ ਕੇ ਉਹ ਇਸ ਲਈ ਕਿ ਬੱਚਾ ਨਾ ਜ਼ਰਾ ਇੱਥੇ ਗਿੱਜ ਜਾਊਗਾ ਫਿਰ ਸ਼ੂਗਰ ਮੇਲਾ ਦੇਖਾਂਗੇ ਇਹ ਹੱਲ ਲਓ ਇਹ ਆਪਣੇ ਅੱਛਾ ਆ ਬੱਚਾ ਹੀ ਉਹਦੇ ਨਾਲ ਦੀ ਜਿਹੜਾ ਇਹ ਬੱਚਾ ਸਰ ਸਾਡਾ ਅੱਜ ਮਾਸ਼ਾਅੱਲਾ ਪਹਿਲੇ ਦਿਨ ਉੜਿਆ ਸੀਗਾ ਮੇਰੇ ਘਰ ਦਾ ਬੱਚਾ ਵਾ ਜੀ ਅੱਜ ਜੇਠ ਦੀਆਂ ਗਰਮੀਆਂ ਚੈੱਕ ਕਰਨ ਲਈ ਇੱਧਰ ਲਿਆ ਖਾਧੀ ਇਹਦੇ ਮੈਂ ਬਸਕੂਏ ਖੋਲ੍ਹਣ ਲੱਗਾ ਜੀ ਇਹ ਬਸਕੂਏ ਬੱਜਿਆਂ ਨਾਲ ਪੂਰਾ ਇਲਾਕਾ ਫਿਰ ਗਿਆ ਮਾਸ਼ਾਅੱਲਾ ਪਹਿਲੇ ਦਿਨ ਉੜ ਕੇ ਆ ਗਏ ਨੇ ਸਾਬਤ ਕਰਤਾ ਕਿ ਸਾਕੀ ਬ੍ਰੈਂਡ ਇਜ਼ ਆਲਵੇਜ਼ ਵੀ ਸਾਕੀ ਬ੍ਰੈਂਡ ਸਰ ਬੱਚੇ ਦੇ ਪਰ ਦੇਖਿਓ ਮੈਨੂੰ ਬੜਾ ਮਾਣ ਸੀ ਇਸ ਜੋੜੇ 'ਤੇ ਜਨਾਬ ਕਿ ਆ ਬੱਚੇ ਦੇ ਜੋੜੇ ਰਿਜ਼ਲਟ ਮੈਂ ਇੱਕ ਦਿਨ ਦੋਸਤਾਂ ਨੂੰ ਕਿਹਾ ਵੀ ਸੀ ਲੈ ਲਓ ਇਹ ਦੇਖੋ ਇਹ ਬੱਚੇ ਦੇ ਪੱਲੇ ਏਡੇ ਏਡੇ ਲੈਂਥੀ ਪੱਲੇ ਕਿੰਨੇ ਪੜ੍ਹਦਾ ਬੱਚਾ ਇੱਕ ਪੜ੍ਹਦਾ ਬੱਚਾ ਵਾ ਜੀ ਇਹ ਆਹ ਦੇਖੋ ਇਹਦਾ ਭਰਾ ਇੱਕ ਆਪਣੇ ਮੋਹਸਨ ਭਾਈ ਨੂੰ ਭੇਜਣਾ ਇਨਸ਼ਾਅੱਲਾ ਦੋਸਤ ਨੂੰ ਇਹ ਚੱਕ ਕਰੋ ਇੱਕ ਸੂਰੀ ਲਾਲ ਅੱਖ ਦਾ ਮਾਸ਼ਾਅੱਲਾ ਪੱਠਾ ਹੀ ਉਹ ਬੜਾ ਸੋਹਣੀ ਅੱਜ ਇਹਨੇ ਪਰਫਾਰਮੈਂਸ ਦਿੱਤੀ ਹੱਡੀ ਜੋੜ ਬੜਾ ਪਰਫੈਕਟ ਹੈ ਚੱਕ ਕਰੋ ਇਹ ਜੇਠ 'ਚ ਇਹ ਹੁਣ ਜੇਠ ਹੀ ਹਜੇ ਕਿਹੜਾ ਮੁੱਖਿਆ ਵਾ ਇਹ ਚੱਕ ਕਰੋ ਬੜਾ ਮਾਸ਼ਾਅੱਲਾ ਇਹਨੇ ਪਰਵਾਜ਼ ਦਿੱਤੀ ਅੱਜ ਇਹਨੇ ਝੱਸ ਦੇ ਦਿੱਤੀ ਜਨਾਬ ਹਾਦੀ ਹੁਣ ਇਹਨੂੰ ਕਿੱਦਾਂ ਚਿੜੀ ਮਾਰੀ ਕਰੀਏ ਇਹ ਤਾਂ ਕੋਈ ਤੂੰ ਕਹਿੰਦਾ ਨਾ ਮੈਂ ਫੜ ਲੂੰਗਾ ਹਾਦੀ ਪਕੜੇਗਾ ਜੀ ਚਿੜੀ ਮਾਰੀ ਭਾਵੇਂ ਛਪਕਾ ਅੰਦਰੋਂ ਕੱਢ ਲਿਆ ਉਹਦੇ ਨਾਲ ਫੜ ਲਿਆ ਤਾਂ ਭਾਵੇਂ ਹੱਥ ਨਾਲ ਫੜ ਲੈ ਜਾਂ ਅੱਜ ਦੇਖ ਲੈਣਾ ਮੈਂ ਕਿੱਦਾਂ ਮੇਰਾ ਬੇਟਾ ਫੜਦਾ ਚਿੜੀ ਮਾਰ ਬਣਿਆ ਕਿ ਨਹੀਂ ਬਣਿਆ ਹਾਦੀ ਅੱਜ ਚਿੜੀ ਮਾਰੀ ਕਰੇਗਾ ਜੀ ਹੁਣ ਦੇਖਣਾ ਮੈਂ ਉੱਤੇ ਖੜਾ ਹੋ ਗਿਆ ਆਰਾਮ ਨਾਲ ਇਹ ਚਲੋ ਉਹ ਇੱਕ ਹੋਰ ਬੈਠਾ ਹਾਦੀ ਉਹ ਵੀ ਬੈਠਾ ਹੀ ਉਹ ਚਿੱਟਾ ਜਿਹੜਾ ਇੱਕੋ ਦਮ ਆ ਜੀ ਆ ਹਾਦੀ ਨੇ ਛੁੱਟ ਗਿਆ ਛੁੱਟ ਗਿਆ ਫੜ ਲਿਆ ਹਾਦੀ ਨੇ ਫੜ ਲਿਆ ਜੀ ਚਿੜੀ ਮਾਰੀ ਹਾਦੀ ਇਹਨੂੰ ਫੜ ਲਾ ਨਹੀਂ 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 ਆ ਜਾ ਵੀ ਆਹੀ ਸਵੇਰੇ ਸੀਗੇ ਦੋਨੇ ਉੜੇ ਹਾਦੀ ਜਦੋਂ ਜੋੜੀ ਆਪਾਂ ਵੀਡੀਓ ਬਣਾਉਂਦੇ ਅਸੀਂ ਆਦੀ ਚਿੜੀ ਮਾਰ ਬਣ ਗਿਆ ਬਾਈ ਹੱਥ ਨਾਲ ਹੀ ਹੱਲ ਲਿਆ ਚਿੜੀ ਮਾਰ ਦਾ ਪੁੱਤ ਵਾਲਾ ਚਿੜੀ ਮਾਰ ਕਿਉਂ ਨਾ ਬਣੇ ਇਹ ਤਾਂ ਬਸ ਕੂਏ ਲੱਗੇ ਸੀ ਆਦੀ
ਇਹ ਦੇਖੋ ਇੱਧਰ ਆਓ ਜ਼ਰਾ ਮੈਂ ਦਿਖਾਵਾਂ ਸ਼ੋ ਸੁੱਕਿਆ ਪਿਆ ਵੀ ਭਰਾ ਜੀ ਬੱਚਾ ਇਹ ਦੇਖੋ ਜੀ ਇਹ ਦੇਖੋ ਬੱਚਾ ਵਾ ਜੀ ਮਾਸ਼ਾਅੱਲਾ ਲਾਲ ਥਿਮ ਵਾਲਾ ਪੀਲ ਅੱਖਾਂ ਬੱਚਾ ਚਿੱਟੀਆਂ ਅੱਖਾਂ ਦਾ ਬੱਚਾ ਜੀ ਕ੍ਰਾਸ ਦੇ ਵਿੱਚ ਆ ਚਿੱਟੀ ਅਤੇ ਪੀਲੀ ਅੱਖ ਦਾ ਮੈਂ ਉਹੀ ਕਹਿੰਦਾ ਹਾਦੀ ਆਹ ਲਓ ਜੀ ਮਾਸ਼ਾਅੱਲਾ ਪੀਲੀ ਅੱਖ ਦਾ ਵਾ ਜੀ ਇਹ ਜਾ ਕਰੋ ਬੱਚੇ ਦੇ ਪੱਲੇ ਬਸਕੂਏ ਆਪਾਂ ਇਹਦੇ ਟੈਡ ਕਰ ਦਈਏ ਇਹਨੇ ਵੀ ਖੁੱਲ੍ਹਾ ਹੀ ਛੱਡ ਦਈਏ ਕਿ ਨਹੀਂ ਹਾਦੀ ਸਹੀ ਹੈ ਨਾ ਬਸਕੂਏ ਸਹੀ ਨਹੀਂ ਲਾਏ ਜੀ ਇਹਨੇ ਵੀ ਲਾਏ ਲਓ ਜੀ ਦੋ ਚਿੜੀਆਂ ਮਾਰੀਆਂ ਹੋ ਗਈਆਂ ਉਹਨੂੰ ਆਪਾਂ ਜਾਲ ਦੇ ਸਿੱਟ ਲੈਣਾ ਉੱਤੇ ਚੜ੍ਹ ਕੇ ਸਹੀ ਨਹੀਂ ਹਾਦੀ ਉਹ ਬਸਕੂਆ ਬੜਾ ਪਕੜਾਓ ਜੇ ਬਹੁਤ ਛੋਟੇ ਬਸਕੂ ਇਸ ਲਈ ਤਾਂ ਬੱਚਾ ਉੱਡ ਕੇ ਇਹਨੂੰ ਬਾਹਰ ਛੱਡਦੇ ਹਾਂ ਹੁਣ ਗਰਮੀ ਵਾਹ 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 ਗਰਮੀ ਦੇ ਵਿੱਚ ਬੱਚਿਆਂ ਦੀਆਂ ਫੜਕਾਂ ਉਹਨੂੰ ਫੜਨ ਚੜਿਆ ਤੇ ਪਹਿਲੇ ਜੀ ਚੋਰ ਸਾਹਿਬ ਆਏ ਹੈਲੋ ਪਾਣੀ ਪੀਓ ਸਰਕਾਰ ਹੈਲੋ ਛੱਡਤਾ ਹੀ ਖੋਲ ਕੇ ਲਾਖੇ ਜਾਉਣ ਵਾਲਾ ਬੱਚਾ ਸੁਬਾਹ ਦੀ ਜੋੜੀ ਬੈਠੀ ਸੀਗੀ ਸੁਬਾਹ ਦੀ ਜੋੜੀ ਬੈਠੀ ਅਬਦੁੱਲਾ ਦੀ ਉਹ ਕਬੂਤਰ ਦੇ ਇੱਕ ਫੌਤ ਹੋਇਆ ਪਿਆ ਹੀ ਯਾਰ ਉਸਕੋ ਉਠਾਓ ਵਹਾਂ ਸੇ ਲੈ ਕੇ ਇਸਕੋ ਦਬਾ ਕੇ ਆਏ ਕਹੀਂ ਜ਼ਮੀਨ ਮੇਂ ਇਹ ਫੌਤ ਹੋ ਗਿਆ ਯਾਰ ਕਬੂਤਰ ਓਏ ਹੋਏ ਉਧਰ ਰੱਖ ਦਿਓ ਫਿਰ ਮੈਂ ਲੈ ਕੇ ਜਾਤੇ ਦਾਣਾ ਡਾਲ ਕੇ ਇਹ ਦੇਖੋ ਕਬੂਤਰ ਮਰ ਗਿਆ ਇਹ ਲਓ ਭਾਈ ਜਾਨ ਦਾਣਾ ਪਾ ਤਾ ਸੀ ਅਤੇ ਆਓ ਸਰਕਾਰ ਉਹਨੂੰ ਹੁਣ ਫੜਾਂ ਮੈਂ ਫੜਾਂ ਹੁਣ ਕੋਸ਼ਿਸ਼ ਕਰਾਂ ਫੜਨ ਦੀ ਇਹ ਫੜ ਦੇਣਾ ਉਹਦੇ ਰੱਜ ਕੇ ਪਾਣੀ ਪੀਤਾ ਜਿਹੜਾ ਹੁਣ ਫੜਿਆ ਬੱਚਾ ਉਹ ਦੇਖੋ ਪਾਣੀ ਪੀਂਦੇ ਆ ਹੈ ਇੱਦਾਂ ਹੁੰਦੀਆਂ ਚਿੜੀਆਂ ਮਾਰੀਆਂ ਉਸਕਾ ਛੋਟੀ ਵੀ ਉੱਪਰ ਬੈਠ ਕੇ ਘੁਮਾ ਦਿਆ ਗੋਲ ਘੁਮਾ ਦੋ ਇਸਕੋ ਵੀ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਦੇਖ ਪਿਆਸ ਲੱਗੀ ਹੋਈ ਹੈ ਫਿਰ ਵੀ ਨਹੀਂ ਇਹ ਚਿੜੀ ਮਾੜੀ ਹੋ ਗਈ ਆ ਇਹ ਨਹੀਂ ਬਹਿਆ ਯਾਰ ਪੀਲੇ ਪੀਲੇ ਪਾਣੀ ਪੀਣਾ ਹੈ ਪੀ ਨਹੀਂ ਰਹਾ ਖੋਲ ਦੋ ਬੜਾ ਗਿਆ ਇਹ ਦੇਖ ਤਿੰਨ ਇਹ ਦੇਖ ਪੂਰਾ ਮੂੰਹ ਪਾਣੀ ਦੇ ਅੰਦਰ ਡੁਬਾ ਕੇ ਪੀ ਰਿਹਾ ਹਾਂ ਸੁਬਾਹ ਦਾ ਤਾਂ ਨਾਗ ਵੀ ਪਾਣੀ ਦੇ ਅੰਦਰ ਹਾਂ ਉਹ ਸੁਬਾਹ ਦਾ ਹੈ ਨਾ ਜ਼ਲੀਲ ਹੋ ਰਿਹਾ ਹੈ ਉਹਨੇ ਪਾਣੀ ਪੀਤਾ ਹੀ ਨਹੀਂ ਸੀਗਾ ਸਾਡੀ ਚਿੜੀ ਮਾਰੀ ਭਾਈ ਕਾਮਯਾਬ ਹੋ ਗਈ ਆ
ਠੀਕ ਆ ਭਾਅ ਜੀ, ਜੋੜੀ ਬੱਚਿਆਂ ਦੀ ਕਹਿਣ ਗਏ ਉਹ ਛੱਡਦੇ ਤਾਂ ਸਿੱਧੇ ਦੋਨੀ ਭਰਾ ਵਾ, ਭੈਣ ਭਰਾ ਵਾ ਜਾਂ ਦੋਨੀ ਭਰਾ ਵਾ, ਮਾਸ਼ਾਅੱਲਾ ਬੜਾ ਸੋਹਣਾ ਫਿਰਦੇ ਮੇਰੇ ਇਲਾਕੇ ਸਲੇਟੇ ਕਬੂਤਰ ਦੇ ਬੱਚੇ ਆ ਜੀ, ਫਿਰੋਜ਼ਪੁਰੀ ਸਲੇਟੇ ਦੇ, ਦੇਖਣਾ ਨਾਲ ਗੋਲਡਨ ਮਾਝੀ ਲੱਗੀ, ਪਰਫਾਰਮੈਂਸ ਕੀ ਕਰਦੇ ਸਿਆਣ ਬੋਨ ਵੱਲੋਂ ਤਾਂ ਐਂਡ ਕਰਤਾ ਜਨਾਬ ਇਹਨਾਂ ਨੇ, ਲੇਕਿਨ ਹਜੇ ਨਾ ਪ੍ਰੋਪਰ ਪਰਫਾਰਮੈਂਸ ਨਹੀਂ ਕੀਤੀ ਇਹਨੇ, ਇਹ ਜੋੜੀ ਫਿਰਦੀ ਆ ਮਾਸ਼ਾਅੱਲਾ ਜਾਂਦੇ ਆ, ਇਹ ਆ ਵੀ ਬਹੁਤ ਸੋਹਣਾ ਫਿਰਦੇ ਆ, ਹਜੇ ਪ੍ਰੋਪਰ ਨਹੀਂ ਨਾ ਅੜਾਏ, ਪ੍ਰੋਪਰ ਅੜਾਵਾਂਗੇ ਤਾਂ ਫਿਰ ਇਹ ਚੱਕਰ ਇਹ ਜੋੜੀ ਆ ਹੀ ਆ, ਇਹ ਦੇਖੋ ਇੱਕ ਆ ਹੀ ਆ ਅਤੇ ਇੱਕ ਆ ਹੀ ਇਹ ਆ, ਆਹੋ ਫਿਰਦੇ, ਬਾਕੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ, ਪਰਫਾਰਮੈਂਸ ਲਾਂਗੇ ਨਾ ਉਹ ਫਿਰਦਾ ਸਾਰੇ ਤਿੰਨ ਵਜੇ ਦਿੰਦੇ ਇੱਕ ਆ ਹੀ ਆ, ਬਾਕੀ ਚਸਾਂ ਲਾਂਗੇ ਇਨਸ਼ਾਅੱਲਾ, ਅੱਲਾ ਫਿਰ ਜਦਾਕਲਾ।